ਬੇਨਤੀ ਕਿ ਸ਼ਸਤਰ ਆਪਣੇ ਘਰਾਂ ਵਿੱਚ ਜ਼ਰੂਰ ਰੱਖਿਓ ਤੇ ਚੰਗੇ ਰੱਖੋ। ਇਹ ਦੋਵੇਂ ਗੱਲਾਂ, ਸ਼ਸਤਰ ਆਪਣੇ ਘਰਾਂ ਵਿੱਚ ਜ਼ਰੂਰ ਰੱਖੋ ਤੇ ਇਹਦੇ ਨਾਲ ਬੇਨਤੀ ਕਿ ਚੰਗੇ ਰੱਖੋ, ਕਿਉਂਕਿ ਕੁਛ ਲੋਕ ਭਾਵੇਂ ਕਹਿ ਰਹੇ ਆ ਸਿਰਫ ਵਿਚਾਰ ਦਾ ਜ਼ਮਾਨਾ ਗਏ, ਪਰ ਇਹ ਗੱਲ ਯਾਦ ਰੱਖੋ ਸਾਰੀਆਂ ਥਾਵਾਂ ਤੇ ਵਿਚਾਰ ਨੇ ਨਹੀਂ ਕੰਮ ਕਰਨਾ, ਕਈਆਂ ਤੇ ਹਥਿਆਰ ਨੇ ਵੀ ਕੰਮ ਕਰਨਾ। ਆ ਦਿੱਲੀ ਦੀ ਧਰਤੀ ਤੇ ਜੋ ਖੂਨ ਹੋਏ 84 ਵਿੱਚ ਸਾਡੇ ਨਾਲ ਹੋਇਆ ਤੇ ਹੁਣ ਮੁਸਲਮਾਨਾਂ ਨਾਲ ਹੋਇਆ, ਇਹ ਸੱਚ ਜੇ, ਮੈਨੂੰ ਵੈਸੇ ਬ੍ਰਹਮ ਗਿਆਨੀ ਨਾ ਸਮਝਿਓ, ਪਰ ਇਹ ਸੱਚ ਜੇ। ਯਾਦ ਰੱਖੋ ਅਗਲਾ ਨੰਬਰ ਫਿਰ ਸਾਡਾ ਲੱਗਣਾ, ਇਸ ਵਾਰੀ ਇਕੱਲੀ ਦਿੱਲੀ ਚ ਨਹੀਂ ਪੰਜਾਬ ਚ ਵੀ ਲੱਗਣਾ। ਇਹ ਬਹੁਤ ਵੱਡੀ ਪਲੈਨਿੰਗ ਹੋ ਰਹੀ ਆ। ਅਸੀਂ ਸਿਰਫ ਜੁੱਤੀਆਂ ਤੱਕ ਸੀਮਤ ਰਹਿ ਗਏ, ਸਿਰਫ ਕੱਪੜਿਆਂ ਤੱਕ ਸੀਮਤ ਰਹਿ ਗਏ ਆ। ਇਸ ਵਾਰੀ ਤੁਹਾਡਾ ਨੰਬਰ ਹੁਣ ਪੰਜਾਬ ਵਿੱਚ ਵੀ ਲੱਗਣਾ, ਇਸ ਵਾਰੀ ਲੱਗਣੇ ਪੰਜਾਬ ਵਿੱਚੋਂ ਤੁਹਾਨੂੰ ਸਾੜਨਾ ਹੈ ਅਗਲਿਆਂ ਨੇ। ਇਸ ਕਰਕੇ ਕਿਉਂਕਿ ਸਾਡੇ ਵਿੱਚ ਬੰਦੇ ਹੀ ਉਹ ਪੈਦਾ ਕਰ ਦਿੰਦੇ ਜਿਹੜੇ ਕਹਿੰਦੇ ਸ਼ਸਤਰਾਂ ਦੀ ਲੋੜ ਹੀ ਨਹੀਂ ਦੀ, ਕਲੀ ਵਿਚਾਰ ਕਰ। ਸਾਨੂੰ ਕਮਜ਼ੋਰ ਕੀਤਾ ਜਾ ਰਿਹਾ। ਸ਼ਸਤਰਧਾਰੀ ਹੋਵੋ, ਆਪਣੇ ਘਰਾਂ 'ਚ ਸ਼ਸਤਰ ਰੱਖੋ, ਆਪਣੇ ਬੱਚਿਆਂ ਨੂੰ ਸ਼ਸਤਰ ਵਿੱਦਿਆ ਦਿਓ, ਉਹਨਾਂ ਨੂੰ ਦੱਸੋ ਵੀ ਲੋੜ ਪੈਣ 'ਤੇ ਕਿਹੜੇ ਸ਼ਸਤਰ ਨੂੰ ਕਿੱਦਾਂ ਚਲਾਉਣਾ, ਫਿਰ ਤੇ ਕਹਾਣੀ ਸੂਤਰ ਆਵੇਗੀ। ਤੇ ਜਿੱਦਾਂ ਸਾਡੇ ਘਰਾਂ ਦਾ ਸਿਸਟਮ ਬਣ ਗਿਆ ਹੈ ਨਾ, ਉਹ ਬਹੁਤ ਔਖੀ ਗੱਲ ਆ। ਸਾਡੇ ਘਰੇ ਤੇ ਰਾਤ ਕੁੱਤਾ ਆਦੇ ਮੋੜਨ ਵਾਸਤੇ ਸੋਟਾ ਨਹੀਂ ਲੱਭਦਾ, ਤੇ ਜੇ ਕੋਈ ਦੁਸ਼ਮਣ ਆ ਗਿਆ ਤੇ ਉਹਦਾ ਮੁਕਾਬਲਾ ਕਿੱਦਾਂ ਕਰਾਂਗੇ। ਇਸ ਕਰਕੇ ਸ਼ਸਤਰਧਾਰੀ ਹੋਵੋ, ਜਿਨ੍ਹਾਂ ਦੇ ਘਰਾਂ ਵਿੱਚ ਕਿਰਪਾਨਾਂ ਪਈਆਂ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ, ਉਹਨਾਂ ਨੂੰ ਕਈ ਵਾਰੀ ਕੱਢ ਕੇ ਵੀ ਵੇਖਿਆ ਕਰੋ, ਕਿਧਰੇ ਜੰਗਾਲ ਹੀ ਨਾ ਲੱਗ ਜਾਵੇ। ਸ਼ਸਤਰ ਰੱਖਣਾ, ਉਹਦੀ ਸੇਵਾ ਸੰਭਾਲ ਕਰਨੀ, ਇਹ ਸਾਡਾ ਫਰਜ਼।